ਲਗਾਤਾਰ ਪੈ ਰਹੀ ਬਰਸਾਤ ਦੇ ਕਾਰਨ ਜਿੱਥੇ ਸੜਕਾਂ ਜਲਥਲ ਹੋ ਗਈਆਂ ਨੇ ਉੱਥੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਕਈ ਕਈ ਫੁੱਟ ਪਾਣੀ ਵੜਿਆ। ਤਾਂ ਇਹ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਲਗਾਤਾਰ 3 ਦਿਨ ਤੋਂ ਭਾਰੀ ਬਰਸਾਤ ਹੋਈ ਹੈ ਅਤੇ ਗੱਡੀਆਂ ਤੱਕ ਪਾਣੀ ਦੇ ਵਿੱਚ ਡੁੱਬੀਆਂ ਨਜ਼ਰ ਆ ਰਹੀਆਂ ਨੇ। ਨੈਸ਼ਨਲ ਹਾਈਵੇ ਦੀ ਗੱਲ ਹੋਵੇ ਜਾਂ ਫਿਰ ਸੜਕਾਂ ਦੀ, ਤਾਂ ਲਗਾਤਾਰ ਪਾਣੀ ਕਈ ਕਈ ਫੁੱਟ ਸੜਕਾਂ ਦੇ ਉੱਪਰ ਚੱਲ ਰਿਹਾ ਹੈ। ਨਦੀਆਂ ਨਾਲੇ ਲਗਾਤਾਰ ਉਫਾਨ ਦੇ ਉੱਤੇ ਨੇ ਅਤੇ ਆਹ ਤਸਵੀਰਾਂ ਗੁਜਰਾਤ ਦੇ ਰਾਜਕੋਟ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਲਗਾਤਾਰ ਭਾਰੀ ਬਰਸਾਤ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਪਾਣੀ ਭਰ ਗਿਆ। ਕਈ ਕਈ ਫੁੱਟ ਜੋ ਹੈ ਉਹ ਪਾਣੀ ਸੜਕਾਂ ਦੇ ਉੱਤੇ ਖੜ੍ਹਾ ਹੈ ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਈ ਘਰਾਂ ਦੀਆਂ ਨੀਹਾਂ ਤੱਕ ਹਿੱਲ ਚੁੱਕੀਆਂ ਨੇ ਤਾਂ ਕਈ ਘਰ ਢਹਿ ਢੇਰੀ ਵੀ ਹੋਏ ਨੇ। ਗੁਜਰਾਤ ਦੇ ਵਿੱਚ ਇਹਨਾਂ ਦਿਨਾਂ 'ਚ ਭਾਰੀ ਬਰਸਾਤ ਨੇ ਕਹਿਰ ਮਚਾ ਰੱਖਿਆ, ਕਈ ਲੋਕ ਬੇਘਰ ਹੋਏ ਨੇ ਅਤੇ ਜਿੱਥੇ ਪਾਣੀ ਜ਼ਿਆਦਾ ਉੱਥੋਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ। NDRF ਅਤੇ SDRF ਦੀਆਂ ਟੀਮਾਂ ਮੌਕੇ ਦੇ ਉੱਤੇ ਤੈਨਾਤ ਕਰ ਦਿੱਤੀਆਂ ਗਈਆਂ ਨੇ। ਤਾਂ ਰਾਜਕੋਟ ਸ਼ਹਿਰ ਦੇ ਵਿੱਚ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਲਗਾਤਾਰ ਭਾਰੀ ਬਰਸਾਤ ਹੋਈ ਹੈ ਅਤੇ ਬਰਸਾਤ ਦੇ ਕਾਰਨ ਜੋ ਪਾਣੀ ਹੈ ਉਹ ਸੜਕਾਂ ਦੇ ਉੱਤੇ ਨਜ਼ਰ ਆਇਆ। ਲਗਾਤਾਰ ਪੈ ਰਹੀ ਬਰਸਾਤ ਦੇ ਕਾਰਨ ਜਿੱਥੇ ਸੜਕਾਂ ਜਲਥਲ ਹੋ ਗਈਆਂ ਨੇ ਉੱਥੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਕਈ ਕਈ ਫੁੱਟ ਪਾਣੀ ਵੜਿਆ। ਤਾਂ ਇਹ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਲਗਾਤਾਰ 3 ਦਿਨ ਤੋਂ ਭਾਰੀ ਬਰਸਾਤ ਹੋਈ ਹੈ ਅਤੇ ਗੱਡੀਆਂ ਤੱਕ ਪਾਣੀ ਦੇ ਵਿੱਚ ਡੁੱਬੀਆਂ ਨਜ਼ਰ ਆ ਰਹੀਆਂ ਨੇ। ਨੈਸ਼ਨਲ ਹਾਈਵੇ ਦੀ ਗੱਲ ਹੋਵੇ ਜਾਂ ਫਿਰ ਸੜਕਾਂ ਦੀ, ਤਾਂ ਲਗਾਤਾਰ ਪਾਣੀ ਕਈ ਕਈ ਫੁੱਟ ਸੜਕਾਂ ਦੇ ਉੱਪਰ ਚੱਲ ਰਿਹਾ ਹੈ। ਨਦੀਆਂ ਨਾਲੇ ਲਗਾਤਾਰ ਉਫਾਨ ਦੇ ਉੱਤੇ ਨੇ ਅਤੇ ਆਹ ਤਸਵੀਰਾਂ ਗੁਜਰਾਤ ਦੇ ਰਾਜਕੋਟ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਲਗਾਤਾਰ ਭਾਰੀ ਬਰਸਾਤ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਪਾਣੀ ਭਰ ਗਿਆ। ਕਈ ਕਈ ਫੁੱਟ ਜੋ ਹੈ ਉਹ ਪਾਣੀ ਸੜਕਾਂ ਦੇ ਉੱਤੇ ਖੜ੍ਹਾ ਹੈ ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਈ ਘਰਾਂ ਦੀਆਂ ਨੀਹਾਂ ਤੱਕ ਹਿੱਲ ਚੁੱਕੀਆਂ ਨੇ ਤਾਂ ਕਈ ਘਰ ਢਹਿ ਢੇਰੀ ਵੀ ਹੋਏ ਨੇ। ਗੁਜਰਾਤ ਦੇ ਵਿੱਚ ਇਹਨਾਂ ਦਿਨਾਂ 'ਚ ਭਾਰੀ ਬਰਸਾਤ ਨੇ ਕਹਿਰ ਮਚਾ ਰੱਖਿਆ, ਕਈ ਲੋਕ ਬੇਘਰ ਹੋਏ ਨੇ ਅਤੇ ਜਿੱਥੇ ਪਾਣੀ ਜ਼ਿਆਦਾ ਉੱਥੋਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ। NDRF ਅਤੇ SDRF ਦੀਆਂ ਟੀਮਾਂ ਮੌਕੇ ਦੇ ਉੱਤੇ ਤੈਨਾਤ ਕਰ ਦਿੱਤੀਆਂ ਗਈਆਂ ਨੇ। ਤਾਂ ਰਾਜਕੋਟ ਸ਼ਹਿਰ ਦੇ ਵਿੱਚ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਲਗਾਤਾਰ ਭਾਰੀ ਬਰਸਾਤ ਹੋਈ ਹੈ ਅਤੇ ਬਰਸਾਤ ਦੇ ਕਾਰਨ ਜੋ ਪਾਣੀ ਹੈ ਉਹ ਸੜਕਾਂ ਦੇ ਉੱਤੇ ਨਜ਼ਰ ਆਇਆ।